ਵੱਡੀ ਖਬਰ ਜਸਪਾਲ ਦੀ ਮੌਤ ਨਾਲ ਜੁੜੀ ਹੋਈ ਹੈ। ਦਰਅਸਲ ਜਸਪਾਲ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਧਰਨਾ ਲਗਾਇਆ ਸੀ ਅਤੇ ਪ੍ਰਸ਼ਾਸਨ ਤੇ ਸਰਕਾਰ ਤੋਂ ਉਹਦੀ ਲਾਸ਼ ਵਾਪਸ ਲੈਣ ਦੀ ਮੰਗ ਕੀਤੀ ਸੀ ਅਤੇ ਨਾਲ ਹੀ ਕਿਹਾ ਸੀ ਕਿ ਜਦੋਂ ਤੱਕ ਪ੍ਰਸ਼ਾਸਨ ਉਹਨਾਂ ਦੀਆਂ ਮੰਗਾਂ ਨਹੀਂ ਮੰਨਦਾ ਉਹ ਧਰਨਾ ਨਹੀਂ ਚੱਕਣਗੇ। ਪਰ ਹੁਣ ਜਸਪਾਲ ਦੇ ਪਰਿਵਾਰਕ ਮੈਂਬਰਾਂ ਨੇ ਧਰਨਾ ਚੱਕ ਦਿੱਤਾ ਅਤੇ ਪੁਲਿਸ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੀ ਮੰਨ ਲਈਆਂ ਨੇ ਜਿਸ ਕਰਕੇ ਉਹਨਾਂ ਨੇ ਧਰਨਾ ਚੱਕ ਦਿੱਤਾ। ਲੰਬੇ ਧਰਨੇ ਤੋਂ ਬਾਅਦ ਆਖਿਰਕਾਰ ਜਸਪਾਲ ਦੇ ਪਰਿਵਾਰਕ ਮੈਂਬਰਾਂ ਨੇ ਧਰਨਾ ਚੱਕ ਲਿਆ ਕਿਉਂਕਿ ਪੁਲਿਸ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਸਾਰੇ ਮੁਲਜ਼ਮ ਗ੍ਰਿਫਤਾਰ ਕਰ ਲਏ ਨੇ ਤੇ ਦੂਸਰੇ ਪਾਸੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਨੇ। ਉਧਰ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਰਹਿੰਦੇ ਦੋਸ਼ੀ ਵੀ ਗ੍ਰਿਫਤਾਰ ਕਰ ਲਏ ਨੇ। ਬਾਕੀ ਦੋਸ਼ੀਆਂ ਦੀ ਪਹਿਲਾਂ ਹੀ ਗ੍ਰਿਫਤਾਰੀ ਹੋ ਚੁੱਕੀ ਹੈ, ਮੁੱਖ ਦੋਸ਼ੀ ਦੀ ਗ੍ਰਿਫਤਾਰੀ ਵੀ ਹੁਣ ਪੁਲਿਸ ਨੇ ਕਰ ਲਈ ਹੈ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਜਸਪਾਲ ਦੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਧਰਨੇ ਨੂੰ ਚੱਕ ਦੇਣ ਅਤੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੀ ਗੱਲ ਮੰਨਦਿਆਂ ਹੋਇਆਂ ਇਸ ਧਰਨੇ ਨੂੰ ਚੱਕ ਦਿੱਤਾ। ਪੀਸਫੁਲ ਤਰੀਕੇ ਦੇ ਨਾਲ ਧਰਨਾ ਸਮਾਪਤ ਕੀਤਾ। ਉਹ ਧਰਨਾ ਪ੍ਰਸ਼ਾਸਨ ਨੇ ਉਹਨਾਂ ਨੂੰ ਇੰਸ਼ੋਰੈਂਸ ਦਿੱਤੀ ਹੈ। ਅਸੀਂ ਸਾਰੇ ਪਹਿਲੂਆਂ 'ਤੇ ਤਫਤੀਸ਼ ਕਰਕੇ ਜਿੰਨੇ ਮੁਲਜ਼ਮ ਇਹਦੇ 'ਚ ਇਨਵੋਲਵ ਸੀਗੇ ਉਹ ਸਾਰੇ ਅਰੈਸਟ ਕਰ ਲਿਆ। ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਰਣਵੀਰ ਸਿੰਘ ਜਿਹੜਾ ਲਾਸਟ ਅਕਿਊਸ ਵਾਂਟਡ ਸੀਗਾ ਉਹ ਵੀ ਅੱਜ ਪੁਲਿਸ ਨੇ ਉਹਦੀ ਗ੍ਰਿਫਤਾਰੀ ਪਾ ਲਈ ਹੈ ਔਰ ਉਸ ਅਸੀਂ ਪੁਲਿਸ ਮਾਰਡ ਲੈ ਕੇ ਫਰਦਰ ਪੁੱਛ ਗਿੱਛ ਜਿਹੜੀ ਕਰਾਂ। ਉਧਰ ਜਸਪਾਲ ਦੇ ਨਾਨੇ ਨੇ ਸਾਰੇ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ। ਪਰ ਉਹਨਾਂ ਨੂੰ ਇਸ ਗੱਲ ਦਾ ਅਫਸੋਸ ਜ਼ਰੂਰ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਨੇ ਲਾਸ਼ ਨੂੰ ਉਹਨਾਂ ਦੇ ਝੋਲੇ ਦੇ ਵਿੱਚ ਨਹੀਂ ਪਾਇਆ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਜਸਪਾਲ ਦੀ ਲਾਸ਼ ਨੂੰ ਉਹਨਾਂ ਦੇ ਝੋਲੇ ਵਿੱਚ ਪਾ ਦਿੰਦੀ ਤਾਂ ਉਹ ਲਾਸ਼ ਨੂੰ ਆਪਣੀ ਕੁੜੀ ਦੇ ਝੋਲੇ ਵਿੱਚ ਪਾ ਸਕਦੇ ਸਨ। ਪਰ ਉਹਨਾਂ ਇੰਨਾ ਜ਼ਰੂਰ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਜੋ ਉਹਨਾਂ ਨੇ ਸਰਕਾਰ ਨੇ ਪ੍ਰਸ਼ਾਸਨ ਨੇ ਉਹਨਾਂ ਨਾਲ ਵਾਅਦਾ ਕੀਤਾ ਅਤੇ ਮੰਗਾਂ ਮੰਨੀਆਂ ਨੇ ਉਹ ਜ਼ਰੂਰ ਨੇਪਰੇ ਵਿੱਚ ਚੜਨਗੀਆਂ। ਬੜਾ ਧੰਨਵਾਦ ਕਰਦਾ ਜਨਤਾ ਦਾ ਜਿਹਨੇ ਇੱਥੋਂ ਤੀਕਰ ਪਹੁੰਚਾਇਆ। ਮੈਂ ਗਰੀਬ ਬੰਦਾ ਕਿਤੇ ਨਹੀਂ ਪੁੱਛ ਸਕਦਾ ਸੀ, ਮੇਰੀ ਇੱਕ ਕਮੀ ਰਹਿ ਗਈ ਸਰਕਾਰ ਦੀ, ਮੇਰੀ ਝੋਲੀ ਦੇ ਵਿੱਚ ਲਾਸ਼ ਨਹੀਂ ਪਾਏਗੀ। ਮੈਂ ਆਪਦੀ ਕੁੜੀ ਦੇ ਪਾ ਦਾਂ ਲਾਸ਼, ਮੈਨੂੰ ਫਿਰ ਇਦੋਂ ਵੀ ਤਰੁਸ਼ਟੀ ਮਿਲ ਜਾਣੀ। ਮੇਰਾ ਕਮੇਟੀ ਨੇ ਬਹੁਤ ਵੱਡਾ ਸਾਥ ਦਿੱਤਾ, ਜਿੰਨੀਆਂ ਵੀ ਜਥੇਬੰਦੀਆਂ ਮੇਰਾ ਐਡਾ ਸਾਥ, ਬੱਚਿਆਂ ਨੇ ਨਿੱਕਿਆਂ ਨਿੱਕਿਆਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ, ਮੈਂ ਉਹਨਾਂ ਦਾ ਧੰਨਵਾਦ ਕਰ। ਉੱਧਰ ਦੂਸਰੇ ਪਾਸੇ ਐਕਸ਼ਨ ਕਮੇਟੀ ਦਾ ਕਹਿਣਾ ਹੈ ਕਿ ਇਹ ਸਮਝੌਤੇ ਦਾ ਫੈਸਲਾ ਜਸਪਾਲ ਦੇ ਪਰਿਵਾਰ ਵਾਲਿਆਂ ਦਾ, ਇਸ ਵਿੱਚ ਉਹਨਾਂ ਦੀ ਕੋਈ ਵੀ ਦਖਲ ਅੰਦਾਜ਼ੀ ਨਹੀਂ, ਪਰਿਵਾਰ ਨੇ ਆਪ ਇਹ ਫੈਸਲਾ ਕੀਤਾ। ਅਸੀਂ ਜਦੋਂ ਉੱਥੇ ਗਏ ਤਾਂ ਉੱਥੇ ਜਿਹੜੀ ਗੱਲਬਾਤ ਉਹ ਸੰਘਰਸ਼ ਨੂੰ ਅੱਗੇ ਤੋਰਨ ਬਾਰੇ ਨਹੀਂ ਬਲਕਿ ਇੱਕ ਸਾਨੂੰ ਇਹ ਲੱਗਿਆ ਕਿ ਸੰਘਰਸ਼ ਨੂੰ ਨਿਬੇੜਨ ਬਾਰੇ ਜਿਹੜੀ ਹੈਗੀ ਆ, ਪਰਿਵਾਰ ਨੂੰ ਕੁਛ ਲੈਣ ਦੇਣ ਦੀ ਗੱਲ ਹੋ ਰਹੀ ਆ। ਤੋ ਐਕਸ਼ਨ ਕਮੇਟੀ ਦਾ ਬਿਲਕੁਲ ਸਾਫ਼ ਸੀ ਕਿ ਅਸੀਂ ਲੈਣ ਦੇਣ ਦਾ ਪਾਰਟ ਨਹੀਂ ਬਣਾਂਗੇ ਔਰ ਅਸੀਂ ਇਸ ਸਮਝੌਤੇ ਦਾ ਪਾਰਟ ਨਹੀਂ ਗੇ ਔਰ ਅਸੀਂ ਉਸ ਆਈ ਜੀ ਦੀ ਮੀਟਿੰਗ 'ਚੋਂ ਵਾਕਆਊਟ ਕਰਕੇ ਬਾਹਰ ਆ ਗਏ ਕਿ ਤੁਸੀਂ ਪਰਿਵਾਰ ਨਾਲ ਜੋ ਗੱਲ ਕਰਨੀ ਚਾਹੁੰਦੇ ਹੋ। ਐਕਸ਼ਨ ਕਮੇਟੀ ਇਸ ਗੱਲ 'ਤੇ ਸਹਿਮਤ ਨਹੀਂ ਗੀ। ਐਕਸ਼ਨ ਕਮੇਟੀ ਇਹ ਮੰਨਦੀ ਆ ਕਿ ਜਿਸ ਤਰ੍ਹਾਂ ਜਸਪਾਲ ਨੂੰ ਪੁਲਿਸ ਨੇ ਚੱਕਿਆ, ਅਗਵਾ ਕੀਤਾ, ਉਹਦਾ ਕਤਲ ਕਰਕੇ ਉਹਦੀ ਲਾਸ਼ ਖੁਰਦਬਰਦ ਕੀਤੀ ਆ ਔਰ ਸਮੁੱਚੇ ਮਾਮਲੇ 'ਤੇ ਜਾਂਚ 'ਤੇ ਜਿਹੜਾ ਪਰਦਾ ਪਾਇਆ ਗਿਆ ਔਰ ਇਸ ਹੁਣ 20 ਦਿਨਾਂ ਬਾਅਦ ਵੀ ਇਨਸਾਫ਼ ਦੇਣ ਦੀ ਬਜਾਏ ਪਿਛਲੇ 2 ਦਿਨਾਂ ਤੋਂ ਪਰਿਵਾਰ ਨੂੰ ਲਾਲਚ ਔਰ ਧਮਕਾ ਕੇ ਇਸ ਧਰਨੇ ਨੂੰ ਸਮਾਪਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ। ਪਰਿਵਾਰ ਦੇ ਨਾਲ ਐਕਸ਼ਨ ਕਮੇਟੀ ਹੁਣ ਵੀ ਸਹਿਮਤ ਆ, ਕੱਲ੍ਹ ਨੂੰ ਜੇ ਉਹਨਾਂ ਨੇ ਕਾਨੂੰਨੀ ਲੜਾਈ ਲੜਨੀ ਆ ਤਾਂ ਐਕਸ਼ਨ ਕਮੇਟੀ ਉਹਨਾਂ ਨੂੰ ਵਕੀਲ ਵੀ ਮੁਹੱਈਆ ਕਰਾਊਗੀ, ਹਰ ਤਰ੍ਹਾਂ ਦੀ ਮਦਦ ਦੇਊਗੀ। ਐਕਸ਼ਨ ਕਮੇਟੀ ਇਸ ਸਮਝੌਤੇ ਦਾ ਹਿੱਸਾ ਨਹੀਂ, ਪ੍ਰਸ਼ਾਸਨ ਨੇ ਘਟੀਆ ਹਰਕਤਾਂ ਕਰਦਿਆਂ ਹੋਇਆ ਪਰਿਵਾਰ ਨੂੰ ਦਬਕਾ ਕੇ ਧਮਕਾ ਕੇ ਜਿਹੜਾ ਹੈਗਾ ਇਹ ਸਮਝੌਤਾ ਸਿਰੇ ਚਾੜਿਆ ਹੈਗਾ। ਐਕਸ਼ਨ ਕਮੇਟੀ ਇਸ ਸਮਝੌਤੇ ਦਾ ਹਿੱਸਾ। ਦੱਸ ਦਈਏ ਕਿ ਪੁਲਿਸ ਕਸਟਡੀ ਦੇ ਵਿੱਚ ਜਸਪਾਲ ਦੀ ਮੌਤ ਹੋਈ ਸੀ ਅਤੇ ਉਸਦੀ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਸੀ। ਜਸਪਾਲ ਦੀ ਮੌਤ ਤੋਂ ਬਾਅਦ ਹੀ ਪੁਲਿਸ ਅਧਿਕਾਰੀ ਵੱਲੋਂ ਵੀ ਖੁਦ ਆਪਣੀ ਜਾਨ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਇਹ ਮਾਮਲਾ ਹੋਰ ਵੀ ਗਰਮਾ ਜਾਂਦਾ ਹੈ। ਪਰਿਵਾਰ ਵਾਲਿਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਲੋਕਾਂ ਦੇ ਵੱਲੋਂ ਪਰਿਵਾਰ ਦਾ ਸਾਥ ਦਿੱਤਾ ਜਾਂਦਾ ਹੈ ਅਤੇ ਵੱਡੇ ਪੱਧਰ ਤੇ ਧਰਨੇ ਦਿੱਤੇ ਜਾਂਦੇ ਨੇ। ਦੱਸ ਦੇ ਕਿ ਜਸਪਾਲ ਦੀ ਇੱਕ ਕੁੜੀ ਦੇ ਨਾਲ ਦੋਸਤੀ ਦੇ ਸਬੰਧ ਸਨ, ਜਿਸ ਤੋਂ ਬਾਅਦ ਲੜਕੀ ਦੇ ਪਿਤਾ ਨੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ। ਦੱਸ ਦੇ ਕਿ ਜਸਪਾਲ ਦੀ ਇੱਕ ਲੜਕੀ ਦੇ ਨਾਲ ਦੋਸਤੀ ਸੀ ਪਰ ਲੜਕੀ ਦੇ ਪਿਤਾ ਨੂੰ ਇਹ ਰਿਸ਼ਤਾ ਗਵਾਰਾ ਨਹੀਂ ਸੀ ਅਤੇ ਉਸਨੇ ਪੁਲਿਸ ਨੂੰ ਸ਼ਿਕਾਇਤ ਕਰਕੇ ਜਸਪਾਲ ਨੂੰ ਚੁਕਵਾਇਆ ਸੀ, ਜਿੱਥੇ ਪੁਲਿਸ ਕਸਟਡੀ ਦੇ ਵਿੱਚ ਜਸਪਾਲ ਦੀ ਮੌਤ ਹੋ ਜਾਂਦੀ ਹੈ।
पर हुण इस मामले की जांच की जा रही है। इस मामले के असल कारण की ने यह तो हुण पूरी जांच तो बाद ही सामने आवेगा, पर इन्ना जरूर है कि हुण परिवारक मैंबरां ने धरना चक लिया।